Due to the social nature of the channel and modeling criticism, commentary, news reporting, and teaching, some videos may contain content copyrighted by another entity or person, which has not always been specifically authorized by the copyright owner. This constitutes a fair use of any such material as provided for in Section 107 of the U.S. Copyright Law. Under Section 107 of the Copyright Act 1976, allowances made for fair use for purposes of criticism, comment, news reporting, teaching, scholarship, and research. Fair use is a use permitted by copyright statute that might otherwise be infringing. Please note, in the process of creating this video, we have no intent to hurt any religious sentiments in any way, shape, or form. This video is created only for educational purposes. Sikh manasikta nu samjhan di lod. Gandhi Niti. Jadon Mohandas Karamchand Gandhi nu rashtrapita aakh sambodhan kita janda hai, ਤਾਂ ਮਾਨਸਿਕ ਸੱਤਾ ਉੱਪਰ ਇੱਕ ਸਵਾਲ ਜ਼ਰੂਰ ਜਨਮ ਲੈਂਦਾ ਹੈ ਕਿ ਕੀ ਗਾਂਧੀ ਸੱਚਮੁੱਚ ਰਾਸ਼ਟਰਪਿਤਾ ਸਨ ਕਿਉਂਕਿ ਉਹਨਾਂ ਦੀਆਂ ਨੀਤੀਆਂ ਦੇ ਮੱਦੇਨਜ਼ਰ ਗਾਂਧੀ ਨੂੰ ਹਿੰਦੂਤਵ ਦਾ ਪਿਤਾ ਤਾਂ ਕਿਹਾ ਜਾ ਸਕਦਾ ਹੈ ਪਰੰਤੂ ਰਾਸ਼ਟਰਪਿਤਾ ਨਹੀਂ ਕਿਉਂਕਿ ਉਸਨੇ ਵਾਪਰ ਰਹੀ ਹਰ ਘਟਨਾ ਅਤੇ ਵਰਤਾਰੇ ਨੂੰ ਹਿੰਦੂਤਵੀ ਦ੍ਰਿਸ਼ਟੀਕੋਣ ਤੋਂ ਹੀ ਤੱਕਿਆ ਨਾ ਕਿ ਸਮੁੱਚੇ ਭਾਰਤੀ ਦ੍ਰਿਸ਼ਟੀਕੋਣ ਤੋਂ ਉਹ ਹਿੰਦੂ ਆਦਰਸ਼ਾਂ ਦਾ ਪੱਕਾ ਧਾਰਨੀ ਸੀ ਅਤੇ ਉਸਦੇ ਰਾਜਨੀਤਿਕ ਦਰਸ਼ਨ ਦੇ ਆਧਾਰ ਤਿਆਗ ਅਤੇ ਅਹਿੰਸਾ ਵੀ ਪ੍ਰਾਚੀਨ ਹਿੰਦੂ ਤਵੀ ਵਿਚਾਰਧਾਰਾ ਦੀ ਨਵੀਂ ਰੰਗਤ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇਕਰ ਗਾਂਧੀ ਦਾ ਨਜ਼ਰੀਆ ਹਿੰਦੂਵਾਦੀ ਦੀ ਜਗ੍ਹਾ ਭਾਰਤੀ ਦ੍ਰਿਸ਼ਟੀਕੋਣ ਤੋਂ ਹੁੰਦਾ ਤਾਂ ਭਾਰਤ ਵਿੱਚ ਐਸਾ ਰਾਜਸੀ ਸਮਾਜੀ ਅਤੇ ਆਰਥਿਕ ਇਨਕਲਾਬ ਆ ਜਾਣਾ ਸੀ ਜਿਸ ਨੇ ਭਾਰਤੀਆਂ ਅੰਦਰ ਚੇਤਨਤਾ ਦਾ ਪ੍ਰਕਾਸ਼ ਕਰਕੇ ਅਗਿਆਨ ਅੰਧੇਰ ਰੂਪੀ ਵਿਪਰਵਾਦ ਦੀਆਂ ਜੜ੍ਹਾਂ ਹਿਲਾ ਦੇਣੀਆਂ ਸਨ ਪਰੰਤੂ ਗਾਂਧੀ ਨੇ ਐਸਾ ਚੇਤਨਤਾ ਭਰਪੂਰ ਇਨਕਲਾਬ ਲਿਆਉਣ ਦੀ ਜਗ੍ਹਾ ਆਪਣਾ ਸਾਰਾ ਜ਼ੋਰ ਹਿੰਦੂਤਵ ਨੂੰ ਬਚਾਉਣ ਅਤੇ ਚੇਤਨ ਪ੍ਰਕਾਸ਼ੀ ਸ਼ਕਤੀ ਨੂੰ ਦਹਿਸ਼ਤ ਪਸੰਦ ਦਰਸਾਉਣ ਉੱਪਰ ਹੀ ਕੇਂਦਰਿਤ ਕਰ ਦਿੱਤਾ ਗਾਂਧੀ ਜਨਮ ਤੋਂ ਜ਼ਾਤ ਦੇ ਸਿਧਾਂਤ ਦਾ ਧਾਰਨੀ ਸੀ ਅਤੇ ਇਸ ਕਰਕੇ ਹਿੰਦੂਤਵ ਦੇ ਜ਼ਾਤੀਵਾਦ ਆਧਾਰਿਤ ਗ੍ਰੰਥਾਂ ਅਤੇ ਅਸੂਲਾਂ ਵਿੱਚ ਉਹਦਾ ਅਤੁੱਟ ਵਿਸ਼ਵਾਸ ਸੀ ਉਹ ਬੜੇ ਮਾਣ ਨਾਲ ਆਪਣੇ ਆਪ ਨੂੰ ਸਨਾਤਨੀ ਹਿੰਦੂ ਆਖਿਆ ਕਰਦਾ ਸੀ ਵੇਦਾਂ ਉਪਨਿਸ਼ਦਾਂ ਸਿਮਰਤੀਆਂ ਵਿੱਚ ਗਾਂਧੀ ਦਾ ਪੂਰਨ ਵਿਸ਼ਵਾਸ ਸੀ ਅਤੇ ਇਹ ਕਾਰਨ ਸੀ ਕਿ ਕਰਮਚੰਦ ਗਾਂਧੀ ਨੇ ਦੱਖਣੀ ਅਫਰੀਕਾ ਦੇ ਆਪਣੇ ਲੰਬੇ ਅਨੁਭਵ ਨਾਲ ਘੱਟ ਤੋਂ ਘੱਟ ਹਿੰਦ ਸਵਰਾਜ ਜੋ ਗਾਂਧੀ ਦੀ ਲਿਖਤ ਪੁਸਤਕ ਹੈ ਉਸ ਪੁਸਤਕ ਦੇ ਲਿਖਣ ਸਮੇਂ ਤੱਕ ਉਸਨੇ ਆਪਣੇ ਲੰਬੇ ਲੰਬੇ ਰਾਜਨੀਤਿਕ ਵਿਚਾਰਾਂ ਦੀ ਧਾਰਮਿਕ ਅੰਧ ਵਿਸ਼ਵਾਸ ਨਾਲ ਪੱਟੀ ਬੰਨ੍ਹਣ ਦੀ ਕਲਾ ਭਲੀ ਭਾਂਤ ਸਿੱਖ ਲਈ ਸੀ ਅਤੇ ਹਿੰਦੁਸਤਾਨ ਨੂੰ ਪ੍ਰਯੋਗਸ਼ਾਲਾ ਸਮਝ ਉਸਨੇ ਉਸਨੂੰ ਪਰਖਿਆ ਅਤੇ ਵਿਕਸਿਤ ਕੀਤਾ ਬੇਸ਼ੱਕ ਇਸ ਨੂੰ ਗੁਣ ਹੀ ਸਮਝਿਆ ਜਾਵੇ ਕਿਉਂਕਿ ਇਸ ਕਲਾ ਸਦਕਾ ਹੀ ਉਹ ਇੱਕ ਨੇਤਾ ਬਣਿਆ ਸਿੱਖਾਂ ਪ੍ਰਤੀ ਗਾਂਧੀ ਦੀ ਰਾਜਨੀਤੀ ਪਹਿਲੀ ਸੰਸਾਰ ਜੰਗ ਤੋਂ ਬਾਅਦ ਗਾਂਧੀ ਕੇਵਲ ਹਿੰਦੁਸਤਾਨ ਅਫਰੀਕਾ ਤੋਂ ਆਪਣੇ ਸਤਿਗ੍ਰਹਿ ਅਤੇ ਨਾਮ ਮਿਲਵਰਤਨ ਦੇ ਤਜਰਬਿਆਂ ਲਈ ਹੀ ਆਇਆ ਸੀ ਬੇਸ਼ੱਕ ਕਿ ਗਾਂਧੀ ਦਾ ਨਾਮ ਮਿਲਵਰਤਨ ਬਾਬਾ ਰਾਮ ਸਿੰਘ ਦੇ ਨਾਮ ਮਿਲਵਰਤਨ ਦੀ ਹੀ ਨਕਲ ਸੀ ਸਗੋਂ ਇਸ ਵਿੱਚ ਕੋਈ ਅਤਕਥਨੀ ਨਹੀਂ ਕਿ ਬਾਬਾ ਰਾਮ ਸਿੰਘ ਦੁਆਰਾ ਸ਼ੁਰੂ ਕੀਤਾ ਨਾਮ ਮਿਲਵਰਤਨ ਉੱਚ ਕੋਟੀ ਦਾ ਅੰਦੋਲਨ ਸੀ ਕਿਉਂਕਿ ਉਹਨਾਂ ਨੇ ਜਿੱਥੇ ਨਾਂ ਮਿਲਵਰਤਨ ਆਰੰਭ ਕੀਤੀ ਨਾਲ ਹੀ ਸਮਰੂਪ ਆਪਣਾ ਇੱਕ ਵੱਖਰਾ ਤੰਤਰ ਕਾਇਮ ਕੀਤਾ ਜਦੋਂ ਕਿ ਗਾਂਧੀ ਸਰਕਾਰੀ ਤੰਤਰ 'ਤੇ ਹੀ ਨਿਰਭਰ ਰਹੇ ਸਿੱਖ 20ਵੀਂ ਸਦੀ ਦੇ ਆਰੰਭ ਵਿੱਚ ਹੀ ਗੁਰਦੁਆਰਾ ਸੁਧਾਰ ਲਹਿਰ ਦੇ ਰੂਪ ਵਿੱਚ ਅੰਦੋਲਨ ਆਰੰਭ ਕਰ ਚੁੱਕੇ ਸਨ ਅਤੇ ਦੂਸਰੇ ਪਾਸੇ ਵਿਦੇਸ਼ਾਂ ਵਿੱਚ ਅਮਰੀਕਾ ਅਤੇ ਕੈਨੇਡਾ ਵੀ ਸਿੱਖਾਂ ਨੇ ਗਦਰ ਪਾਰਟੀ ਦੀ ਅਗਵਾਈ ਹੇਠ ਸੰਘਰਸ਼ ਵਿੱਢ ਦਿੱਤਾ ਸੀ ਗਾਂਧੀ ਸਭ ਤੋਂ ਪਹਿਲਾਂ ਸਿੱਖਾਂ ਨੂੰ ਆਪਣੀ ਨੀਤੀ ਦੇ ਖੰਭਾਂ ਹੇਠ ਲੈਣਾ ਚਾਹੁੰਦਾ ਸੀ ਭੋਲੇ ਭਾਲੇ ਸਿੱਖ ਲੀਡਰ ਉਸਦੀ ਕੂਟਨੀਤਿਕ ਚਾਲ ਸਮਝ ਨਾ ਸਕੇ ਬੇਸ਼ੱਕ ਕਿ ਗੁਰਦੁਆਰਾ ਸੁਧਾਰ ਲਹਿਰ ਗਾਂਧੀ ਦੇ ਦਿਮਾਗ ਦੀ ਉਪਜ ਨਹੀਂ ਸੀ ਪਰੰਤੂ ਗਾਂਧੀ ਇਸ ਲਹਿਰ ਨਾਲ ਹਮਦਰਦੀ ਦਿਖਾ ਕੇ ਸਿੱਖਾਂ ਨੂੰ ਆਪਣੇ ਨਾਮ ਮਿਲਵਰਤਨ ਅੰਦੋਲਨ ਭਾਵ ਕਿ ਅੰਗਰੇਜ਼ ਦੀ ਗੁਲਾਮੀ ਤੋਂ ਵਿਪਰਵਾਦ ਦੀ ਗੁਲਾਮੀ ਦੇ ਨਾਲ ਜੋੜਨਾ ਚਾਹੁੰਦਾ ਸੀ ਇਹ ਉਹਦੀ ਰਾਜਨੀਤਿਕ ਜਾਦੂਗਰੀ ਸੀ ਗੁਰਦੁਆਰਾ ਸੁਧਾਰ ਲਹਿਰ ਸਮੇਂ ਜਿਉਂ ਜਿਉਂ ਹੀ ਉਹਦਾ ਸੰਬੰਧ ਸਿੱਖ ਲੀਡਰਾਂ ਨਾਲ ਬਣਿਆ ਸਿੱਖ ਲੀਡਰਾਂ ਦੀ ਮਿਹਰਬਾਨੀ ਸਦਕਾ ਗੁਰਦੁਆਰਾ ਸੁਧਾਰ ਲਹਿਰ ਉਹਦੀਆਂ ਨੀਤੀਆਂ 'ਤੇ ਹੀ ਚੱਲਣ ਲੱਗੀ ਇੱਥੋਂ ਤੱਕ ਕਿ ਗੁਰਦੁਆਰਾ ਸੁਧਾਰ ਲਹਿਰ ਵਿੱਚ ਸਿੱਖ ਅਹਿੰਸਕਾਂ ਵੱਲੋਂ ਚੁੱਕੀ ਜਾਂਦੀ ਸਹੁੰ ਵੀ ਉਹਦੇ ਦਿਮਾਗ ਦੀ ਉਪਜ ਸੀ ਨਨਕਾਣਾ ਸਾਹਿਬ ਦੇ ਸਾਕੇ ਨੂੰ ਗਾਂਧੀ ਨੇ ਸਿੱਖਾਂ ਨੂੰ ਆਪਣੇ ਖੰਭਾਂ ਹੇਠ ਲੈਣ ਲਈ ਵਧੀਆ ਅਫਸਰ ਦੇ ਤੌਰ 'ਤੇ ਚੁਣਿਆ ਇਸ ਮਕਸਦ ਵਿੱਚ ਉਹ ਕਾਮਯਾਬ ਵੀ ਹੋਇਆ ਅਤੇ ਸਾਕਾ ਨਨਕਾਣਾ ਸਾਹਿਬ ਉਸਨੂੰ ਸਤਿਗ੍ਰਹਿ ਅਤੇ ਅਹਿੰਸਾਵਾਦੀ ਅੰਦੋਲਨ ਦੀ ਪ੍ਰਯੋਗਸ਼ਾਲਾ ਹੀ ਨਜ਼ਰ ਆਇਆ ਉਸਦੀ ਕੂਟਨੀਤੀ ਨਾ ਸਮਝਦੇ ਹੋਏ ਸਿੱਖ ਲੀਡਰ ਉਸ ਵੱਲ ਖਿੱਚੇ ਗਏ ਉਹ ਸਮਝਦੇ ਸਨ ਕਿ ਗਾਂਧੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਉਹਨਾਂ ਦਾ ਪੂਰਾ ਸਾਥ ਦੇ ਰਿਹਾ ਹੈ ਪਰੰਤੂ ਗਾਂਧੀ ਉਹਨਾਂ ਨੂੰ ਨਾ ਮਿਲਵਰਤਨ ਅੰਦੋਲਨ ਲਈ ਵਰਤ ਰਿਹਾ ਸੀ ਕਿਉਂਕਿ ਅੰਗਰੇਜ਼ ਗੁਣਵੱਤਾ ਦੇ ਆਧਾਰ 'ਤੇ ਸਿੱਖਾਂ ਦੀ ਬੜੀ ਕਦਰ ਕਰਦੇ ਸਨ ਬਹਾਦਰੀ ਦੇ ਸਦਕਾ ਹੀ ਅੰਗਰੇਜ਼ਾਂ ਨੇ ਸਿੱਖਾਂ ਨੂੰ ਫੌਜ ਅੰਦਰ ਵਿਸ਼ੇਸ਼ ਜਗ੍ਹਾ ਦਿੱਤੀ ਹੋਈ ਸੀ ਸਿੱਖਾਂ ਦੀਆਂ ਧਾਰਮਿਕ ਪਰੰਪਰਾਵਾਂ ਦੀ ਅੰਗਰੇਜ਼ ਪੂਰੀ ਕਦਰ ਕਰਦੇ ਸਨ ਇੱਥੋਂ ਤੱਕ ਕਿ ਸਿੱਖਾਂ ਦੀ ਵੱਖਰੀ ਹੋਂਦ ਨੂੰ ਸਮਰਪਿਤ ਸਿੰਘ ਸਭਾ ਲਹਿਰ ਨੂੰ ਅੰਗਰੇਜ਼ਾਂ ਯੋਗ ਸਹਿਯੋਗ ਦਿੱਤਾ ਸਿੱਖਾਂ ਦੀ ਬਹਾਦਰੀ ਦਾ ਹੀ ਨਤੀਜਾ ਸੀ ਕਿ ਆਬਾਦੀ ਪੱਖੋਂ 1.5% ਹੁੰਦੇ ਹੋਏ ਵੀ
ਸਿੱਖਾਂ ਦੀ ਫੌਜ ਵਿੱਚ ਭਰਤੀ ਦਾ ਅਨੁਪਾਤ 30% ਸੀ। ਗਾਂਧੀ ਸਿੱਖਾਂ ਅਤੇ ਅੰਗਰੇਜ਼ਾਂ ਦੇ ਮਿਲਵਰਤਨ ਨੂੰ ਤੋੜਨਾ ਚਾਹੁੰਦਾ ਸੀ। ਸੋ ਗਾਂਧੀ ਨੇ ਹੌਲੀ ਹੌਲੀ ਸਿੱਖਾਂ ਨੂੰ ਨਾ ਮਿਲਵਰਤਨ ਅੰਦੋਲਨ ਵਿੱਚ ਸ਼ਾਮਲ ਕਰਕੇ ਅੰਗਰੇਜ਼ਾਂ ਨਾਲੋਂ ਤੋੜ ਦਿੱਤਾ, ਪਰੰਤੂ ਖੁਦ ਸਰਕਾਰ ਦਾ ਚਹੇਤਾ ਬਣਿਆ ਰਿਹਾ। ਡਾਕਟਰ ਹਰਜਿੰਦਰ ਸਿੰਘ ਦਲਗੀਰ ਇਸ ਬਾਰੇ ਲਿਖਦੇ ਹਨ ਕਿ ਸਰਕਾਰ ਦੇ ਨਾਲ ਨਾ ਮਿਲਵਰਤਨ ਕਰਨ ਦਾ ਮਤਾ ਪਾਸ ਕਰਾਉਣ ਲਈ ਸਿੱਖਾਂ ਨੂੰ ਉਕਸਾਉਣ ਵਿੱਚ ਗਾਂਧੀ ਸਭ ਤੋਂ ਅੱਗੇ ਸੀ, ਪਰ ਇਸ ਗਲਤ ਕਦਮ ਦਾ ਖਮਿਆਜ਼ਾ ਸਿੱਖਾਂ ਨੂੰ ਭੁਗਤਣਾ ਪਿਆ। ਇਸ ਦਿਨ ਤੋਂ ਲੈ ਕੇ 1947 ਈਸਵੀ ਤੱਕ ਅੰਗਰੇਜ਼ਾਂ ਨੇ ਸਿੱਖਾਂ ਨਾਲ ਹਮੇਸ਼ਾ ਜਾਤੀ ਕੀਤੀ। ਦੂਜੇ ਪਾਸੇ ਮੁਸਲਮਾਨ ਆਗੂਆਂ ਨੇ ਅੰਗਰੇਜ਼ਾਂ ਨਾਲ ਮਿਲਵਰਤਨ ਬਣਾਈ ਰੱਖਿਆ ਅਤੇ ਹਰ ਮੌਕੇ ਦਾ ਫਾਇਦਾ ਉਠਾਇਆ। ਸੋ ਗਾਂਧੀ ਦੇ ਟਹੇ ਚੜ੍ਹੇ ਸਿੱਖ ਲੀਡਰ ਅੰਗਰੇਜ਼ਾਂ ਨਾਲੋਂ ਮਿਲਵਰਤਨ ਛੱਡ ਕੇ ਕੌਮ ਵਾਸਤੇ ਕੋਈ ਸਹੀ ਸਮੇਂ ਦਾ ਸਹੀ ਫਾਇਦਾ ਨਾ ਉਠਾ ਸਕੇ। ਅੰਗਰੇਜ਼ ਤਾਂ ਸਿੱਖਾਂ ਨੂੰ ਹਿੰਦੂ ਅਤੇ ਮੁਸਲਮਾਨਾਂ ਵਾਂਗ ਤੀਸਰੀ ਕੌਮ ਗਿਣਦੇ ਸਨ। ਇੱਥੋਂ ਤੱਕ ਕਿ ਅੰਗਰੇਜ਼ ਅਧਿਕਾਰੀ ਤਾਂ ਦਿਲੋਂ ਚਾਹੁੰਦੇ ਸਨ ਕਿ ਜੇਕਰ ਦੇਸ਼ ਦਾ ਬਟਵਾਰਾ ਹੋਣਾ ਹੀ ਹੈ ਤਾਂ ਹਿੰਦੂਆਂ ਦੇ ਭਾਰਤ ਅਤੇ ਮੁਸਲਮਾਨਾਂ ਦੇ ਪਾਕਿਸਤਾਨ ਵਿਚਕਾਰ ਸਿੱਖਾਂ ਦੀ ਵੀ ਇੱਕ ਅੱਡਰੀ ਸਿੱਖ ਸਟੇਟ ਕਾਇਮ ਹੋ ਜਾਵੇ। ਪਰੰਤੂ ਗਾਂਧੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਸਿੱਖ ਲੀਡਰ ਇਹ ਮੌਕਾ ਹੱਥੋਂ ਗਵਾ ਬੈਠੇ। ਸਿੱਖਾਂ ਦੀ ਇਸ ਦੁਰਦਸ਼ਾ ਬਾਰੇ ਅੰਗਰੇਜ਼ ਲੋਨਰਡ ਮੌਸਲੇ ਲਿਖਦਾ ਹੈ ਕਿ ਇਜ਼ ਦੇਅਰ ਐਨੀ ਸੱਚ ਥਿੰਗ ਐਜ਼ ਏ ਫਾਰ ਸੀਇੰਗ ਸਿੱਖ, ਅਰਥਾਤ ਕੀ ਕੋਈ ਐਸੀ ਗੱਲ ਹੈ ਕਿ ਸਿੱਖ ਵੀ ਦੂਰਅੰਦੇਸ਼ ਹੋ ਸਕਦਾ ਹੈ। ਦਰਅਸਲ ਸਿੱਖ ਇਹ ਗੱਲ ਸਮਝਣ ਤੋਂ ਵੀ ਅਸਮਰੱਥ ਰਹੇ ਕਿ ਗਾਂਧੀ ਦੀ ਨੀਤੀ ਹੀ ਸਿੱਖਾਂ ਦੀ ਵੱਖਰੀ ਹੋਣ ਦਾ ਖਾਤਮਾ ਹੈ। ਜੇਕਰ ਡਾਕਟਰ ਅੰਬੇਦਕਰ ਦੇ ਸਿੱਖ ਸਜਣ ਦੇ ਪੱਖ ਨੂੰ ਵੀ ਵੇਖਿਆ ਜਾਵੇ ਤਾਂ ਗਾਂਧੀ ਦੀ ਸਿੱਖਾਂ ਪ੍ਰਤੀ ਨੀਤੀ ਨੂੰ ਸਮਝਣ ਵਿੱਚ ਕਾਫ਼ੀ ਸਹਾਇਕ ਹੈ। ਸਿੱਖ ਧਰਮ ਧਾਰਨ ਕਰਨ ਦੀ ਇੱਛਾ ਜ਼ਾਹਰ ਕਰਦਿਆਂ ਡਾਕਟਰ ਅੰਬੇਦਕਰ ਨੇ ਕਿਹਾ, ਜੇਕਰ ਨੀਵੀਆਂ ਜਾਤੀਆਂ ਸਿੱਖ ਸਾਜਣ ਤਾਂ ਉਹ ਦੇਸ਼ ਦੀ ਕਿਸਮਤ ਵਿਗਾੜਨ ਦੀ ਜਗ੍ਹਾ ਕਿਸਮਤ ਬਣਾਉਣ ਵਿੱਚ ਸਹਾਈ ਹੋਣਗੇ। ਸੋ ਇਹ ਦੇਸ਼ ਦੇ ਹਿੱਤ ਵਿੱਚ ਹੈ ਕਿ ਜੇਕਰ ਨੀਵੀਆਂ ਸ਼੍ਰੇਣੀਆਂ ਨੇ ਧਰਮ ਬਦਲਣਾ ਹੀ ਹੈ ਤਾਂ ਉਹਨਾਂ ਨੂੰ ਸਿੱਖ ਧਰਮ ਵਿੱਚ ਹੀ ਜਾਣਾ ਚਾਹੀਦਾ ਹੈ। ਪਰੰਤੂ ਗਾਂਧੀ ਨੂੰ ਅਛੂਤਾਂ ਦਾ ਸਿੱਖ ਬਣ ਜਾਣਾ ਵੀ ਪਸੰਦ ਨਹੀਂ ਸੀ। ਸੋ ਉਸਨੇ ਇਸ ਧਰਮ ਪਰਿਵਰਤਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਹਿੰਦੂਆਂ ਲਈ ਆਤਮ ਹੱਤਿਆ ਹੈ। ਗਾਂਧੀ ਨੇ ਆਪਣੇ ਵਿਸ਼ਵਾਸੀ ਸਾਥੀ ਗੋਬਿੰਦ ਵੱਲਭ ਪੰਤ ਰਾਹੀਂ ਇਸ ਤਜਵੀਜ਼ ਨੂੰ ਰੋਕਣ ਲਈ ਅਛੂਤਾਂ ਨੂੰ ਧਮਕੀ ਦਿੱਤੀ ਕਿ ਹਰੀਜਨ ਐਸਾ ਕਿਸੇ ਹਾਲਤ ਵਿੱਚ ਨਹੀਂ ਕਰ ਸਕਦੇ। ਗਾਂਧੀ ਨੇ ਪੰਡਿਤ ਮਦਨ ਮੋਹਨ ਮਾਲਵੀਆ, ਜੋ ਕਿ ਗਵਰਨਰ ਜਨਰਲ ਦੀ ਕੈਬਨਿਟ ਦਾ ਮੈਂਬਰ ਸੀ, ਉਹਦੇ ਰਾਹੀਂ ਸਰਕਾਰ 'ਤੇ ਜ਼ੋਰ ਪਾਇਆ ਕਿ ਅਛੂਤਾਂ ਨੂੰ ਵਿਸ਼ੇਸ਼ ਹਕੂਕ ਦਿੱਤੇ ਜਾਣ ਅਤੇ ਉਸਨੇ ਮਰਨ ਵਰਤ ਵੀ ਰੱਖ ਦਿੱਤਾ। ਇੱਕ ਹੋਰ ਚਾਲ ਖੇਡਦਿਆਂ ਗਾਂਧੀ ਨੇ ਅਛੂਤਾਂ ਨੂੰ ਧਮਕੀ ਦਾ ਸੰਕੇਤ ਵੀ ਦਿੱਤਾ ਕਿ ਜੇਕਰ ਉਹਨਾਂ ਨੇ ਸਿੱਖ ਧਰਮ ਧਾਰਨ ਕੀਤਾ ਤਾਂ ਪੂਨਾ ਸੰਧੀ ਅਧੀਨ ਦਿੱਤੀਆਂ ਖਾਸ ਰਿਆਇਤਾਂ ਉਹਨਾਂ ਤੋਂ ਵਾਪਸ ਲੈ ਲਈਆਂ ਜਾਣਗੀਆਂ। ਡਾਕਟਰ ਅੰਬੇਦਕਰ ਦੀ ਇਸ ਧਰਮ ਤਬਦੀਲੀ ਦੀ ਯੋਜਨਾ ਨੂੰ ਖਤਮ ਕਰਨ ਲਈ ਗਾਂਧੀ ਨੇ ਉਕਸਾ ਕੇ ਕਈ ਅੰਬੇਦਕਰ ਦੇ ਹਮਾਇਤੀ ਵੀ ਆਪਣੇ ਨਾਲ ਮਿਲਾ ਲਏ। ਸਿੱਟੇ ਵਜੋਂ ਅੰਬੇਦਕਰ ਦੀ ਸਿੱਖ ਧਰਮ ਧਾਰਨ ਕਰਨ ਦੀ ਖਾਹਿਸ਼ ਤਰੀ ਤਰਾਈ ਰਹਿ ਗਈ ਅਤੇ ਗਾਂਧੀ ਦੇ ਇਸ ਮਹਾਂਵਾਕ ਤੋਂ ਵੀ ਸਿੱਖ ਲੀਡਰਸ਼ਿਪ ਗਾਂਧੀ ਦੀ ਸਿੱਖਾਂ ਪ੍ਰਤੀ ਈਰਖਾਵਾਦੀ ਸੋਚ ਦਾ ਅੰਦਾਜ਼ਾ ਨਾ ਲਗਾ ਸਕੀ ਜਦੋਂ ਗਾਂਧੀ ਨੇ ਕਿਹਾ, ਇਹ ਬਹੁਤ ਚੰਗਾ ਹੋਵੇਗਾ ਜੇਕਰ ਕਰੋੜਾਂ ਅਛੂਤ ਸਿੱਖ ਧਰਮ ਦੀ ਥਾਂ ਇਸਲਾਮ ਧਰਮ ਧਾਰਨ ਕਰ ਲੈਣ। ਡਾਕਟਰ ਅੰਬੇਦਕਰ ਦੇ ਸਿੱਖ ਨਾ ਸਜਣ ਦੇ ਇਸ ਸਾਰੇ ਘਟਨਾਕ੍ਰਮ ਵਿੱਚ ਸਿੱਖ ਆਗੂਆਂ ਨੂੰ ਬਿਲਕੁਲ ਦੋਸ਼ ਮੁਕਤ ਕਰਨਾ ਵੀ ਅਸਲੀਅਤ ਨੂੰ ਛੁਪਾਉਣ ਦਾ ਕਰਮ ਹੋਵੇਗਾ। ਜੋ ਜੀ ਹੋਵੇ ਸੋ ਉਗਵੈ ਦੇ ਮਹਾਂਵਾਕ ਅਨੁਸਾਰ ਗਾਂਧੀ ਦੇ ਮੂੰਹੋਂ ਹੀ ਉਸ ਦੀਆਂ ਸਿੱਖਾਂ ਪ੍ਰਤੀ ਈਰਖਾਲੂ ਨੀਤੀ ਅਨੇਕਾਂ ਵਾਰ ਪ੍ਰਗਟ ਹੋਈ, ਪਰੰਤੂ ਕੌਮੀ ਲੀਡਰਸ਼ਿਪ ਨੇ ਕੋਈ ਸਬਕ ਨਾ ਸਿੱਖਿਆ। ਜਦੋਂ ਭਾਰਤ ਦੇ ਝੰਡੇ ਦੀ ਤਿਆਰੀ ਹੋਈ ਤਾਂ ਸਿੱਖ ਧਰਮ ਦੀ ਪ੍ਰਤੀਨਿਧਤਾ ਵਿਖਾਉਂਦਾ ਕੋਈ ਰੰਗ ਨਾ ਸ਼ਾਮਲ ਕੀਤਾ ਗਿਆ, ਕੇਵਲ ਹਿੰਦੂ ਧਰਮ ਅਤੇ ਇਸਲਾਮ ਧਰਮ ਦੀ ਪ੍ਰਤੀਨਿਧਤਾ ਕਰਦੇ ਰੰਗ ਸਫੇਦ ਅਤੇ ਹਰਾ ਦੋਨੋਂ ਰੰਗ ਹੀ ਸ਼ਾਮਲ ਕੀਤੇ ਗਏ। ਗਾਂਧੀ ਨੇ ਇਸ ਦਾ ਕਾਰਨ ਦੱਸਦਿਆਂ ਆਪਣੀ ਮਾਨਸਿਕਤਾ ਨੂੰ ਸਪਸ਼ਟ ਰੂਪ ਵਿੱਚ ਪ੍ਰਗਟ ਕੀਤਾ ਕਿ ਸਿੱਖ ਤਾਂ ਹਿੰਦੂ ਹੀ ਹਨ, ਇਹਨਾਂ ਦਾ ਵੱਖਰਾ ਰੰਗ ਕਿਉਂ ਪਾਇਆ ਜਾਵੇ। ਅਖੀਰ ਜਦੋਂ ਸਿੱਖਾਂ ਦੀ ਲੀਡਰਸ਼ਿਪ ਨੇ ਇਸ ਦੇ ਖਿਲਾਫ਼ ਹੀ ਸੰਘਰਸ਼ ਆਰੰਭ ਕਰ ਦਿੱਤਾ ਤਾਂ ਕੇਸਰੀ ਰੰਗ ਝੰਡੇ ਵਿੱਚ ਸ਼ਾਮਲ ਕੀਤਾ ਗਿਆ। ਬੇਸ਼ੱਕ ਕਿ ਸਿੰਘਾਂ ਦੇ ਨਿਸ਼ਾਨ ਦਾ ਰੰਗ ਸੂਰਮਈ ਜਾਂ ਬਸੰਤੀ ਹੁੰਦਾ ਹੈ, ਨਾ ਕਿ ਭਗਵਾ ਭਾਵ ਕੇਸਰੀ, ਜੋ ਕਿ ਹੁਣ ਝੰਡੇ ਦਾ ਅੰਗ ਹੈ।